ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। ਸ਼੍ਰੀ ਦਸ਼ਮੇਸ਼ ਕਾਨਵੈਂਟ ਸਕੂਲ ਅੱਟੀ ਦਾ 10ਵੀਂ ਦਾ ਨਤੀਜਾ ਸ਼ਾਨਦਾਰ ਰਿਹਾ। ਇਸੇ ਨੂੰ ਲੈ ਕੇ ਸਕੂਲ ਵਿੱਚ ਇੱਕ ਸਨਮਾਨ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸਕੂਲ ਦੇ ਪੁਰਾਣੀ ਵਿਦਿਆਰਥਣ ਸੁਖਦੀਪ ਕੌਰ ਯੂਕੇ ਮੁੱਖ ਮਹਿਮਾਨ ਵਜੋਂ ਪੁੱਜੀ, ਜਿਸ ਵੱਲੋਂ 10ਵੀਂ ਜਮਾਤ ਵਿੱਚ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਬੰਧਕ ਚਰਨਜੀਤ ਸਿੰਘ ਨੇ ਦੱਸਿਆ ਕਿ ਸਕੂਲ ਦੇ ਕੁੱਲ 54 ਬੱਚਿਆਂ ਨੇ ਪ੍ਰੀਖਿਆ ਦਿੱਤੀ ਸੀ ਅਤੇ ਸਾਰੇ ਬੱਚੇ ਪਹਿਲੇ ਦਰਜੇ ਵਿੱਚ ਪਾਸ ਹੋਏ ਹਨ। ਉਹਨਾਂ ਦੱਸਿਆ ਕਿ ਮੁਸਕਾਨ ਮੈਮੀ ਨੇ 94% ਅੰਕ ਲੈ ਕੇ ਪਹਿਲਾ, ਕਮਲਜੀਤ ਕੌਰ ਨੇ 93% ਅੰਕ ਲੈ ਕੇ ਦੂਜਾ, ਬਲਰਾਜ ਕੌਰ ਨੇ 92% ਅੰਕ ਲੈ ਕੇ ਤੀਜਾ ਅਤੇ ਪ੍ਰਭਜੀਤ ਕੌਰ ਨੇ 91% ਅੰਕ ਲੈ ਕੇ ਚੌਥਾ ਸਥਾਨ ਹਾਸਲ ਕੀਤਾ ਹੈ। ਉਹਨਾਂ ਅੱਗੇ ਦੱਸਿਆ ਕਿ 7 ਬੱਚਿਆਂ ਨੇ 90% ਅਤੇ 20 ਬੱਚਿਆਂ ਨੇ 80% ਤੋਂ ਉੱਪਰ ਅੰਕ ਹਾਸਲ ਕੀਤੇ ਹਨ। ਇਸ ਦਾ ਸਿਹਰਾ ਉਹਨਾਂ ਬੱਚਿਆਂ, ਸਟਾਫ ਅਤੇ ਮਾਪਿਆਂ ਦੀ ਮਿਹਨਤ ਅਤੇ ਲਗਨ ਨੂੰ ਦੱਸਿਆ। ਇਸ ਮੌਕੇ ਬੱਚਿਆਂ ਨੂੰ ਸਕੂਲ ਪ੍ਰਿੰਸੀਪਲ ਬਲਜਿੰਦਰ ਕੁਮਾਰ, ਸੁਖਦੀਪ ਸਿੰਘ, ਮੈਡਮ ਜੋਤੀ, ਹਰਪ੍ਰੀਤ ਸਿੰਘ, ਪ੍ਰਵੀਨ ਕੁਮਾਰੀ, ਮੈਡਮ ਡੋਲੀ ਅਤੇ ਸਮੂਹ ਸਟਾਫ ਨੇ ਵਧਾਈ ਦਿੱਤੀ। ਅੱਜ ਮੈਨੂੰ ਬਹੁਤ ਖੁਸ਼ੀ ਹੋਈ ਕਿਉਂਕਿ ਅੱਜ ਮੈਨੂੰ ਇਸ ਜਿੱਥੋਂ ਮੈਂ 13 ਸਾਲ ਤੋਂ ਪੜ੍ਹ ਰਹੀ ਹਾਂ ਉੱਥੇ ਮੈਨੂੰ ਸਨਮਾਨਿਤ ਕੀਤਾ ਗਿਆ ਪ੍ਰਵੀਨ ਦੇ ਟੋਪਰ ਆਫ ਦੀ ਸਕੂਲ। ਮੈਂ ਮੈਟ੍ਰਿਕ ਵਿੱਚ ਮੈਂ 94.78% ਲਏ ਜਿਹਦੇ 'ਤੇ ਮੈਨੂੰ ਅੱਜ ਸਨਮਾਨ ਦਿੱਤਾ ਗਿਆ ਅਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਆਪਣੇ ਟੀਚਰਸ ਦੇ ਹੱਥੋਂ ਮੈਨੂੰ ਇੰਨਾ ਜ਼ਿਆਦਾ ਸਨਮਾਨ ਮਿਲਿਆ ਅਤੇ ਜਿਨ੍ਹਾਂ ਨੇ ਮੇਰੀ ਹਰ ਇੱਕ ਮੋੜ ਉੱਤੇ, ਲਾਈਫ ਦੇ ਹਰ ਇੱਕ ਮੋੜ ਉੱਤੇ ਮੇਰੀ ਹੈਲਪ ਕੀਤੀ ਹੈ, ਉਹਨਾਂ ਤੋਂ ਅੱਜ ਸਨਮਾਨ ਪਾ ਕੇ ਮੈਨੂੰ ਬਹੁਤ ਖੁਸ਼ੀ ਹੋਈ ਆ। ਮੈਂ ਇਹੀ ਆਸ਼ਾ ਕਰਦੀ ਹਾਂ ਕਿ ਅੱਗੇ ਤੁਹਾਡੀ ਮੈਂ ਇੱਕ ਤੋਂ ਵੀ ਵਧੀਆ ਵਧੀਆ ਮਾਰਕਸ ਲੈ ਕੇ ਮੈਂ ਹਮੇਸ਼ਾ ਇਹਨਾਂ ਨੂੰ ਵੀ ਪ੍ਰਾਊਡ ਫੀਲ ਕਰਾਉਂਦੀ ਹਾਂ ਕਿ ਆਪ ਵੀ ਪ੍ਰਾਊਡ ਹੋਵਾਂ। ਅਤੇ ਥੈਂਕ ਯੂ ਸੋ ਮੱਚ ਸਕੂਲ ਨੇ ਜੋ ਮੈਨੂੰ ਅੱਜ ਕੁਛ ਦਿੱਤਾ, ਉਹ ਕੋਈ ਕਿਸੇ ਹੋਰ ਪਾਸੇ ਵੀ ਨਹੀਂ ਮਿਲਣਾ, ਮੈਨੂੰ ਮਿਲ ਸਕਦਾ ਹੈਗਾ ਜੋ ਮੈਨੂੰ ਇਹ ਸਕੂਲ ਨੇ ਦਿੱਤਾ। ਸੋ ਥੈਂਕ ਯੂ ਸੋ ਮੱਚ ਫੋਰ ਦਿਸ ਸਕੂਲ, ਫੋਰ ਪ੍ਰਿੰਸੀਪਲ ਸਰ। ਪ੍ਰਿੰਸੀਪਲ ਸਰ ਨੇ ਮੇਰੀ ਹਮੇਸ਼ਾ ਹੈਲਪ ਕੀਤੀ ਆ, ਮੈਨੂੰ ਹਮੇਸ਼ਾ ਸਹੀ ਰਾਸਤਾ ਦਿਖਾਇਆ ਆ। ਹੀ ਇਜ਼ ਮਾਈ ਆਈਡਲ ਅਤੇ ਆਈ ਵਾਂਟ ਟੂ ਥੈਂਕ ਹਿਮ। ਥੈਂਕ ਯੂ ਸੋ ਮੱਚ ਸਰ। ਅੱਜ ਮੈਨੂੰ ਬਹੁਤ ਖੁਸ਼ੀ ਹੈ ਕਿ ਅਸੀਂ ਇੱਥੇ ਸਾਡੇ ਸਕੂਲ ਵੱਲੋਂ ਸਨਮਾਨਿਤ ਕੀਤੇ ਗਏ ਹਾਂ ਕਿਉਂਕਿ ਸਾਡੇ ਕਲਾਸ ਮੈਟ੍ਰਿਕ ਕਲੈਕਸ਼ਨ ਦਾ ਰਿਜ਼ਲਟ ਬਹੁਤ ਹੀ ਵਧੀਆ ਆਇਆ। ਸਾਡੇ ਇਹ ਸਾਰੀ ਮਿਹਨਤ ਸਾਡੇ ਸਟਾਫ ਦੀ, ਸਾਡੇ ਪ੍ਰਿੰਸੀਪਲ ਸਰ ਦੀ ਆ। ਸਾਡੇ ਸਟਾਫ ਇੰਨੇ ਬੈਟਰ ਆ ਕਿ ਅੱਗੇ ਵੀ ਜਾ ਕੇ, ਇੱਥੋਂ ਅੱਗੇ ਵੀ ਜਾ ਕੇ ਜਿਹੜੇ ਬੱਚੇ ਆ ਬਾਹਰ ਕੰਟਰੀਸ 'ਚ ਵੀ ਸਾਡੇ ਸਕੂਲ ਦਾ ਨੇਮ ਰੌਸ਼ਨ ਕਰਦੇ ਆ। ਆਸ਼ਾ ਕਰਦੇ ਹਾਂ ਕਿ ਅੱਗੇ ਵੀ ਉਹ ਕਰਨਗੇ। ਅੱਜ ਸ਼੍ਰੀ ਦਸ਼ਮੇਸ਼ ਕੋਨਵੈਂਟ ਸਕੂਲ ਅੱਗੇ ਵਿਖੇ 10th ਕਲਾਸ ਦੇ ਟੋਪਰ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਅੱਜ ਤੋਂ 9 ਸਾਲ ਪਹਿਲਾਂ ਇੱਥੇ ਮੈਂ ਟੋਪ ਕੀਤਾ ਸੀ ਅਤੇ ਅੱਜ ਐਜ਼ ਅ ਚੀਫ ਗੈਸਟ ਮੈਂ ਉਹਨਾਂ ਨੂੰ ਸਨਮਾਨਿਤ ਕੀਤਾ। ਮੇਰੇ ਲਈ ਓਪਰਚੁਨਿਟੀ ਦੇਣ ਦੇ ਲਈ ਮੈਂ ਆਪਣੇ ਟੀਚਰਸ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਹਾਂ ਅਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਆ ਕਿ ਮੈਂ ਅੱਜ ਇਸ ਮੁਕਾਮ 'ਤੇ ਪਹੁੰਚ ਸਕੀ ਕਿ ਟੀਚਰਸ ਮੈਨੂੰ ਹਲੇ ਤੱਕ ਯਾਦ ਰੱਖਦੇ ਆ। ਕੁੜੀਆਂ ਨੂੰ ਪੜ੍ਹਾਈ ਵੱਲ ਹਮੇਸ਼ਾ ਜਾਣਾ ਚਾਹੀਦਾ ਆ ਕਿਉਂਕਿ ਇੱਕ ਲੇਡੀ ਜਦੋਂ ਪੜ੍ਹਦੀ ਆ ਤਾਂ ਇੱਕ ਐਜੂਕੇਟਡ ਫੈਮਿਲੀ ਬਣਦੀ ਆ। ਜਦੋਂ ਇੱਕ ਬੰਦਾ ਪੜ੍ਹਦਾ ਆ ਤਾਂ ਪੂਰੀ ਫੈਮਿਲੀ ਨਹੀਂ ਐਜੂਕੇਟਡ ਬਣਦੀ, ਬਟ ਲੇਡੀ ਦੇ ਨਾਲ ਐਜੂਕੇਟਡ ਫੈਮਿਲੀ ਬਣਦੀ ਆ ਬਿਕੋਜ਼ ਉਹਨੇ ਦੋ ਘਰ ਸੰਭਾਲਣਾ ਚਾਹੀਦਾ।